जज्बा था जड़ा है परमात्मा ने आप बाज मार के हाथ दे के सानू इत्थे आंदा सानू पता नहीं सी भी असी इत्थे आवांगे कदी कि ना आवांगे दिल चो बहुत सी वैसे अज भी जाइए कदों कोई जाऊगा असी नाल जावांगे पर सानू मौका नहीं सी मिलदा हुण तां जिदा महाराज ने हाथ दे के लै आंदा ना असलाम वालेकुम सत श्री अकाल प्रणाम चैनल एक पिंड पंजाब दा सारी टीम अज पहुंची है जी ननकाणा साहिब जिथे लेंदे हो चढ़ते पंजाब तो या वक्ो वक् दुनिया के देशों तो विदेशों तो लोग सिख संगत जिहड़ियां या होर लोग सारे पहुंचे आ ते मैं थोड़ा अपना होस्ट टी आर कोहली गलबात करके पुछते हैं उन्होंने एक्सपीरियंस कहो जहा रहा कितों आए ने ते की हुण तक उन्होंने वर्ताव हो चुके हैं सत श्री अकाल जी सत श्री अकाल जी की हाल चाल है जी सत श्री अकाल सलाम वालेकुम सलाम वालेकुम वालेकुम सलाम जी की नाम है जी अपना अपना हरबंस सिंह हरबंस सिंह हाँ जी कालो हरबंस सिंह कालो वाह जी वाह थोड़ा की नाम है जी सुरेंद्र कौर कालो सुरेंद्र कौर कालो हाँ जी सही सही ते आपा जलंधर तो इंडिया चो पाकिस्तान पहली बार आए हो पहले भी पहली बार थोड़ा चक्कर लग्या हर जिहड़ा सिख संगत हुंदी है हर सिख घराने का या हर परिवार का एक जज्बा हुंदा कि मैं कदे ना कदे बाबा जी दे दर्शन करां पाकिस्तान जावां ननकाणा साहिब जज्बा था जिहड़ा है परमात्मा ने आप बाज मार के हाथ दे के सानू इत्थे आंदा सानू पता नहीं सी वी असी इत्थे आवांगे कदी कि ना आवांगे दिल चो बहुत सी वैसे अज भी जाइए कदों कोई जाऊगा असी नाल जावांगे पर सानू मौका नहीं सी मिलदा हुण तां जिदा महाराज ने हाथ दे के लै आंदा ना वीजा कि ਅਪਲਾਈ ਕੀਤਾ ਸੀ ਆਪ ਹੀ ਕੀਤਾ ਸੀ ਨਹੀਂ ਅਸੀਂ ਆਪ ਨਹੀਂ ਕੀਤਾ ਸੀ ਜਿਹੜੇ ਟਰੈਵਲ ਜਿੱਦਾਂ ਉਹਨਾਂ ਨੇ ਕੀਤਾ ਸੀ ਜਥਾ ਲੈ ਕੇ ਆਉਂਦੇ ਉਹਨਾਂ ਨੇ ਕੀਤਾ ਸੀਗਾ ਕੋਈ ਪ੍ਰੋਬਲਮ ਤਾਂ ਨਹੀਂ ਹੋਈ ਵੀਜ਼ਾ ਲੱਗਣ ਦੇ ਵਿੱਚ ਨਹੀਂ ਕੋਈ ਪ੍ਰੋਬਲਮ ਨਹੀਂ ਕਿੰਨੇ ਦਿਨ ਪਹਿਲਾਂ ਕੀਤਾ ਸੀ ਅਪਲਾਈ ਅਸੀਂ 8 ਕੁ ਦਿਨ ਪਹਿਲਾਂ ਹੀ ਲੈਣ ਵੀਜ਼ਾ ਗਏ ਆ ਜਦੋਂ ਹੀ ਮਿਲਿਆ 8 ਦਿਨਾਂ ਦੇ ਵਿੱਚ ਹੀ ਅਪਲਾਈ ਕੀਤਾ 8 ਦਿਨਾਂ ਦੇ ਬਾਅਦ ਅਸੀਂ ਆ ਗਏ ਇੱਧਰ ਇਹ ਬਾਬਾ ਜੀ ਦਾ ਇੱਕ ਕ੍ਰਿਸ਼ਮਾ ਹੀ ਕਹਿ ਲੋ ਕਿ ਹਾਲਾਂਕਿ ਅਕਸਰ ਦੂਸਰੀ ਕੰਟਰੀਆਂ ਤੋਂ ਲੋਕ ਆਉਂਦੇ ਆ ਉਹਨਾਂ ਦਾ ਵੀਜ਼ਾ ਬੜਾ ਮੁਸ਼ਕਲ ਲੱਗਦਾ ਪਾਕਿਸਤਾਨ ਦਾ ਅਸੀਂ ਇੱਥੋਂ ਅਪਲਾਈ ਕਰੀਏ ਸਾਡੇ ਬੜੇ ਮੁਸ਼ਕਲ ਹੋਰ ਕੰਟਰੀਆਂ ਦਾ ਲੱਗਦੇ ਆ ਪਾਕਿਸਤਾਨ ਦਾ ਹੀ ਬੜੀ ਮੁਸ਼ਕਲ ਨਾਲ ਲੱਗਦਾ ਵੀਜ਼ਾ ਬਾਬਾ ਜੀ ਦੀ ਸ਼ਰਧਾ ਤੁਸੀਂ ਲੈ ਕੇ ਆਏ ਹੋ ਬਾਬਾ ਜੀ ਦੇ ਤੁਸੀਂ ਦਰਸ਼ਨ ਕਰਨੇ ਸੀਗੇ ਜਿਨ੍ਹਾਂ ਨੇ ਛੱਡ ਦੇਣੇ ਤੁਹਾਨੂੰ ਸੱਦ ਲਿਆ ਹਾਂਜੀ ਉਹਨਾਂ ਤਾਂ ਪਤਾ ਨਹੀਂ ਸਾਨੂੰ ਪਤਾ ਨਹੀਂ ਸੀ ਵੀ ਅਸੀਂ ਇੱਥੇ ਐਤਕੀ ਆਵਾਂਗੇ ਖੜੇ ਪੈ ਰਹੇ ਜਿੱਦਾਂ ਸਾਨੂੰ ਕੋਈ ਮਾੜਾ ਜਿਹਾ ਮਿਲਿਆ ਜਿੱਦਾਂ ਫੋਨ ਨੰਬਰ ਕਿਸੇ ਨੇ ਕਿਹਾ ਵਿਆਹ ਲੱਗਾ ਆ ਉਹਨੇ ਜਾਣਾ ਉੱਥੇ ਮੈਂ ਕਿਹਾ ਚਲੋ ਹੁਣ ਹੀ ਫੋਨ ਕਰੋ ਵੀ ਮੈਂ ਅਸੀਂ ਤਾਂ ਜਾਣਾ ਹੀ ਜਾਣਾ ਐਤਕੀ ਮਸੀਹ ਅੜੀਕ ਦਿਨ ਬਹੁਤ ਟਾਈਮ ਹੋ ਗਿਆ ਸੀ ਆਹ ਦਿਨ ਦੇਖਣ 47 ਤੋਂ ਪਹਿਲਾਂ ਵੀ ਆਪਣਾ ਪਿੰਡ ਉਹੀ ਸੀ ਜਾਂ ਇਧਰੋਂ ਪਾਕਿਸਤਾਨ ਕਿਤੋਂ ਮਾਈਗ੍ਰੇਟ ਕਰ ਗਏ ਉਹੀ ਸੀ ਹਾਂਜੀ ਉਹੀ ਸੀ ਤੇ ਬਹੁਤ ਵਧੀਆ ਤੁਹਾਡੇ ਵਿਚਾਰ ਤੁਸੀਂ ਪਹਿਲਾਂ ਵੀ ਦੱਸ ਰਹੇ ਸੀ ਕਿ ਪਾਕਿਸਤਾਨ ਦਾ ਸ਼ੁਕਰੀਆ ਅਦਾ ਕਰਨਾ ਉਹ ਕਿਹੜੀ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸਾਂ ਪ੍ਰਦੇਸਾਂ ਵਿੱਚ ਸਾਰੀ ਬਸਦੀ ਸੰਗਤ ਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਬਿਲਕੁਲ ਪਾਕਿਸਤਾਨ ਦਾ ਥੈਂਕ ਯੂ ਪਰ ਸੇਵਾ ਬਹੁਤ ਕੀਤੀ ਸਾਡਾ ਦਿਲ ਬੜਾ ਖੁਸ਼ ਹੋਇਆ ਇੱਥੇ ਆ ਕੇ ਕੋਈ ਕੋਈ ਪ੍ਰੋਬਲਮ ਨਹੀਂ ਬਹੁਤ ਜ਼ਿਆਦਾ ਚਾਹ ਕਰਦੇ ਆ ਜੀ ਸਹੀ ਸਹੀ ਹਾਂਜੀ ਥੈਂਕ ਪੱਗ ਦਾ ਸਤਿਕਾਰ ਇੱਥੇ ਉਹਦੇ ਨਾਲ ਜ਼ਿਆਦਾ ਨਹੀਂ ਮੈਂ ਕਿਹਾ ਜੀ ਸਰਦਾਰ ਜੀ ਜਿਹੜੇ ਕਹਿੰਦੇ ਸਾਡਾ ਸੀਨਾ ਚੌੜਾ ਹੋ ਜਾਂਦਾ ਉਸਲੇ ਸਰਦਾਰ ਜੀ ਕੀ ਚਾਹੀਦਾ ਸਰਦਾਰ ਜੀ ਕੀ ਖਾਓਗੇ ਠੀਕ ਹੈ ਬਸ ਜੀ ਮਿਹਰਬਾਨੀ ਤੁਹਾਡੀ ਬਹੁਤ ਕੁਛ ਸਿਖਾਈਆਂ ਨੇ ਸਹੀ ਸਹੀ ਹਾਂਜੀ ਬਾਜ਼ਾਰਾਂ ਕਿ ਨਿਕਲੇ ਆ ਸ਼ੋਪਿੰਗ ਕਰਨ ਹਾਂਜੀ ਬਾਜ਼ਾਰਾਂ ਹੀ ਨਿਕਲੇ ਆ ਕਿ ਨਹੀਂ 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 ਅੱਛਾ ਅੱਛਾ ਨਾ ਗੁਰੂ ਦਾ ਦਰਸ਼ਨ ਕਰਨੇ ਆ ਸ਼ੋਪਿੰਗ ਦਾ ਤਾਂ ਪਤਾ ਨਹੀਂ ਅਸੀਂ ਜਾਵਾਂਗੇ ਕਿ ਨਾ ਜਾਵਾਂਗੇ ਕੋਈ ਆਈਡੀਆ ਨਹੀਂ ਜਾਵਾਂਗੇ ਜ਼ਰੂਰ ਹਾਂਜੀ ਹਾਂਜੀ ਇੱਕ ਉਹ ਬਸ ਇੱਕ ਕਹਿ ਲੋ ਕਿ ਨਿਸ਼ਾਨੀ ਲੈ ਕੇ ਜਾਣੀ ਹੁੰਦੀ ਆ ਬੰਦੇ ਨੇ ਉਹ ਤਾਂ ਲੈ ਕੇ ਜਾਣੀ ਆ ਉਹ ਤਾਂ ਲੈ ਕੇ ਜਾਣੀ ਆ ਇੱਕ ਦਿਨ ਜਾਣਾ ਆ ਬਸ ਉਹ ਤਾਂ ਜ਼ਿਆਦਾ ਨਹੀਂ ਹੈਗਾ ਸਹੀ ਸਹੀ ਹੈ ਨਾ ਇੱਥੋਂ ਹੁਣ ਇੰਡੀਆ ਜਾਓਗੇ ਜਾਂ ਇੱਥੋਂ ਨਹੀਂ ਵਾਪਸੀ 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 ਤੁਹਾਡੀ ਯੰਗ ਜਨਰੇਸ਼ਨ ਜਿਹੜੀ ਆ ਉਹ ਬਹੁਤ ਘੱਟ ਪਾਕਿਸਤਾਨ ਆਂਦੀ ਆ ਉਹਦਾ ਕੀ ਕੋਈ ਰੀਜ਼ਨ ਆ ਜਾਂ ਕੀ ਉਹ ਡਰ ਆ ਕੋਈ ਖੌਫ ਆ ਕੀ ਮਸਲਾ ਰੀਜ਼ਨ ਨਹੀਂ ਹੈਗਾ ਉਹ ਨਹੀਂ ਵੀ ਅੱਗੇ ਆਉਣੇ ਨੂੰ ਆਉਣਾ ਚਾਹੁੰਦੇ ਆ ਪਰ ਉਹਨਾਂ ਕੋਲ ਟਾਈਮ ਹੀ ਨਹੀਂ ਇਦਾਂ ਵੀ ਜਿਹਨੂੰ ਛੇੜਿਓ ਟਾਈਮ ਹੀ ਨਹੀਂ ਹੋਣਾ ਸਮਾਂ ਕਿ ਖੁੱਲਾ ਨਹੀਂ ਸੀਗਾ ਕਿ ਕੋਈ ਸਿਆਣੇ ਵੀ ਘੱਟ ਆਉਂਦੇ ਸੀ ਨਾ ਬਹੁਤ ਬਿਲਕੁਲ ਤੇ ਹੁਣ ਜਿੱਦਾਂ ਸਿਆਣੇ ਆਉਣ ਲੱਪੇ ਹੁਣ ਆਪਣੇ ਨਿਆਣੇ ਨੂੰ ਵੀ ਲੈ ਕੇ ਗਾ ਆਉਣਗੇ ਹਾਂਜੀ ਫਿਰ ਜੰਗ ਰਜਿਸਟ੍ਰੇਸ਼ਨ ਜਿਹੜੀ ਆਪਣੇ ਆਪ ਸ਼ੁਰੂ ਹੋ ਗਈ ਹੌਲੀ ਹੌਲੀ ਹਾਂਜੀ ਅੱਲਾ ਕਰੇ ਕਿਤੇ ਵਾਹਿਗੁਰੂ ਕਰੇ ਰਸਤੇ ਖੁੱਲ ਜਾਣ ਸਾਰੇ ਬੰਦੇ ਦਾ ਉਹੀ ਆ ਪੰਜਾਬੀ ਬੋਲਦੇ ਸਾਰੇ
ਜਦੋਂ ਤੁਸੀਂ ਉਧਰ ਅਮਰੀਕਾ ਹੀ ਸੀਗੇ ਪਾਕਿਸਤਾਨੀਆਂ ਨੂੰ ਤਾਂ ਉੱਥੇ ਵੀ ਮਿਲਦੇ ਹੋਣੇ ਆ ਲੇਕਿਨ ਗਵਾਂਢੀ ਆ ਪਾਕਿਸਤਾਨੀ ਪੰਜਾਬੀ ਆ ਵੀ ਹਾਂਜੀ ਸਹੀ ਸਹੀ ਫਿਰ ਤਾਂ ਤੁਹਾਨੂੰ ਕੋਈ ਮਹਿਸੂਸ ਨਹੀਂ ਹੋਇਆ ਹੋਣਾ ਜਦੋਂ ਰਹਿਣ ਵਾਲੇ ਆ ਫਿਰ ਤਾਂ ਮਹਿਸੂਸ ਨਹੀਂ ਹੋਇਆ ਹੋਣਾ ਕਿ ਅਸੀਂ ਪੰਜਾਬ ਚੱਲੇ ਆ ਜਾਂ ਪਾਕਿਸਤਾਨ ਚੱਲੇ ਆ ਕੋਈ ਟੈਨਸ਼ਨ ਨਹੀਂ ਅਸੀਂ ਤਾਂ ਹੁਣ ਇਹ ਵੀ ਕਹਿੰਦੇ ਆ ਵੀ ਕਾਂ ਵੀ ਅਸੀਂ ਪੰਜਾਬ ਜਾਵਾਂਗੇ ਇੱਥੋਂ ਦੀ ਹੋ ਕੇ ਜਾਵਾਂਗੇ ਹਾਂਜੀ ਇਹੀ ਸਾਡਾ ਸੁਨੇਹਾ ਕਿ ਜਿਹੜੇ ਲੈਂਦੇ ਪੰਜਾਬ ਚੜ੍ਹਦੇ ਪੰਜਾਬ ਵੀ ਜਾਂਦੇ ਆ ਫੋਰਨਰ ਤੋਂ ਆਉਂਦੇ ਆ ਉਹਨਾਂ ਅੱਗੇ ਰਿਕੁਐਸਟ ਆ ਕਿ ਲੈਂਦੇ ਪੰਜਾਬ ਤੋਂ ਹੋ ਕੇ ਅਗਰ ਜਾਣ ਸਾਰੇ ਇੱਧਰ ਦਰਸ਼ਨ ਕਰਕੇ ਜਾਣ ਸਾਰੇ ਗੁਰਦੁਆਰਿਆਂ ਦਾ ਬਹੁਤ ਵਧੀਆ ਗੱਲ ਹੋ ਜਾਏਗੀ ਅਸੀਂ ਇਸਲਾਮਾਬਾਦ ਤੋਂ ਆਏ ਆ ਇੱਥੇ ਲਾਹੌਰ ਹਾਂਜੀ ਸਾਨੂੰ ਇਦਾਂ ਲੱਗਦਾ ਕਿ ਅਸੀਂ ਅੰਮ੍ਰਿਤਸਰ ਤੋਂ ਜਲੰਧਰ ਨੂੰ ਜਾ ਰਹੇ ਹਾਂ ਵਾਹ ਜੀ ਉਹ ਸੇਮ ਸਭ ਕੁਝ ਉਦਾਂ ਦੇ ਬਾਜ਼ਾਰਾਂ ਦੇ ਰਾਹ ਦੇ ਵਿੱਚ ਮੈਂ ਦੱਸਦਾ ਸੀ ਬੱਸ ਦੇ ਵਿੱਚ ਮੈਂ ਕਿਹਾ ਇਦਾਂ ਲੱਗਦਾ ਜਿੱਦਾਂ ਰਈਆ ਆ ਗਿਆ ਹੁੰਦਾ ਜਿਲੇ ਉੱਥੇ ਜਾਈਦਾ ਨਾ ਸੇ ਉਦਾਂ ਦਾ ਬਿਲਕੁਲ ਉਦਾਂ ਹੀ ਆ ਸਹੀ ਸਹੀ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਜੀ ਆਪਣੇ ਨਾਲ ਹੁਣ ਜਿੱਦਣ ਵੀਜ਼ਾ ਵੀ ਲੈਣ ਲੱਗੇ ਆ ਨਾ ਸਾਨੂੰ ਬਾਅਦ 'ਚ ਪਤਾ ਲੱਗਾ ਨਿਆਣੇ ਤਾਂ ਗਏ ਉਹ ਸੀ ਬਾਹਰ ਘੁੰਮਣ ਤਾਂ ਸਾਨੂੰ ਬਾਅਦ 'ਚ ਪਤਾ ਲੱਗਾ ਜਦੋਂ ਉਹਨਾਂ ਨੂੰ ਦੱਸਿਆ ਸੀ ਵੀ ਇੱਦਾਂ ਇੱਦਾਂ ਕਰਕੇ ਪਾਕਿਸਤਾਨ ਯਾਤਰਾ ਜਾ ਰਹੀ ਆ ਵੀ ਅਸੀਂ ਜਾਇਆ ਹੀ ਹੈ ਕਹਿੰਦੇ ਮੰਮਾ ਹੋਰ ਕੀ ਦੇਖਦੇ ਆ ਤੁਸੀਂ ਜਾਓ ਬੜੀ ਗੱਲ ਹੈ ਜੀ ਤੁਸੀਂ ਜਾਓ ਜਦੋਂ ਆਏ ਤਾਂ ਕਹਿੰਦੇ ਫੇ ਆਪ ਵੀ ਕਹਿੰਦੇ ਸੀ ਵੀ ਅਸੀਂ ਵੀ ਚੱਲ ਜਾਣਾ ਸੀ ਜੇ ਅਸੀਂ ਇੱਧਰ ਨਾ ਜਾਂਦੇ ਛੁੱਟੀਆਂ ਕੇ ਸਹੀ ਸਹੀ ਹਾਂਜੀ ਤਾਂ ਫੇ ਮੈਂ ਕੋਈ ਨਹੀਂ ਮੌਕਾ ਫੇ ਸੇ ਵਾਹਿਗੁਰੂ ਨੇ ਸਾਨੂੰ ਤਾਂ ਹੱਥ ਦੇ ਕੇ ਲਿਆ ਅੰਦਾ ਮੌਕਾ ਦਵਾਂਗੇ ਉਹਨਾਂ ਨੂੰ ਵੀ ਬਿਲਕੁਲ ਜੀ ਉਹਨਾਂ ਨੂੰ ਵੀ ਲੈ ਕੇ ਆਓ ਯੰਗ ਜਨਰੇਸ਼ਨ ਆਪਣੇ ਅੱਖੀਂ ਆ ਕੇ ਦੇਖੇਗੀ ਪਾਕਿਸਤਾਨ ਦੇ ਲੋਕਾਂ ਦਾ ਸੁਭਾਅ ਪਾਕਿਸਤਾਨ ਦੀ ਹੋਰ ਅਦਾਰਿਆਂ ਦਾ ਸੁਭਾਅ ਉਹਨਾਂ ਨੂੰ ਫੇ ਪਤਾ ਲੱਗੇਗਾ ਪਾਕਿਸਤਾਨ ਕਿਹੜੀ ਚੀਜ਼ ਆ ਅਗੇ ਨਾਲੇ ਦਾਣੇ ਪਾਣੀ ਦੀ ਗੱਲ ਹੈ ਜੀ ਜਿੱਦਾਂ ਦਾਣਾ ਪਾਣੀ ਆਪੇ ਖਿੱਚ ਲਿਆਉਣਾ ਬਿਲਕੁਲ ਹਾਂ ਜੀ ਕਈ ਸੋਚਿਆ ਵੀ ਨਹੀਂ ਸੀਗਾ ਕਦੀ ਵੀ ਸੁਣਦੇ ਹੁੰਦੇ ਸੀ ਅਰਦਾਸ ਕਰਦੇ ਹੁੰਦੇ ਸੀਗੇ ਵੀ ਖੁੱਲ੍ਹੇ ਦਰਸ਼ਨ ਦਦਾਰੇ ਬਖਸ਼ੋ ਚਲੋ ਮਾਲਕ ਨੇ ਖੁੱਲ੍ਹੇ ਦਰਸ਼ਨ ਦਦਾਰੇ ਬਖਸ਼ ਦਿੱਤੇ ਬਿਲਕੁਲ ਹਾਂਜੀ ਬਹੁਤ ਖੁਸ਼ੀ ਹੋਈ ਜੀ ਕੀ ਹਾਲ ਚਾਲ ਹੈ ਤੁਹਾਡਾ ਠੀਕ ਹੈ ਜੀ ਵਧੀਆ ਬਹੁਤ ਵਧੀਆ ਸਭ ਵਧੀਆ ਹਾਂਜੀ ਠੀਕ ਕੀ ਨਾਮ ਆ ਆਪਣਾ ਨਰਮਲ ਸਿੰਘ ਬਰਾੜਾ ਜੀ ਨਰਮਲ ਸਿੰਘ ਬਰਾੜ ਤੁਹਾਡਾ ਕੀ ਨਾਮ ਆ ਜੀ ਮੇਰਾ ਨਾਮ ਅਜਮੇਰ ਸਿੰਘ ਸੰਧੂ ਅਜਮੇਰ ਸਿੰਘ ਸੰਧੂ ਹਾਂਜੀ ਵਾਹ ਜੀ ਵਾਹ ਕਿਹੜੇ ਇੰਡੀਆ ਤੋਂ ਕਿਹੜੀ ਜਗ੍ਹਾ ਤੋਂ ਅਸੀਂ ਇੰਡੀਆ ਤੋਂ ਫਿਰੋਜ਼ਪੁਰ ਜ਼ਿਲ੍ਹਾ ਸਾਡਾ ਫਿਰੋਜ਼ਪੁਰ ਜ਼ਿਲ੍ਹਾ ਹਾਂਜੀ ਤੇ ਜੀਰੇ ਕੋਲ ਮਹੀਆਂਲਾ ਪੈਂਦਾ ਸਾਡਾ ਦੋਨ ਤੁਸੀਂ ਵੀ ਉੱਥੋਂ ਦੇ ਹੀ ਹਾਂਜੀ ਸੇਮ ਹੀ ਹਾਂ ਸਹੀ ਸਹੀ ਹੈ ਤੇ ਆਪਣਾ ਉੱਥੇ ਜਿਹੜਾ ਲੋਕਲ ਪਿੰਡ ਹੈ ਇੰਡੀਆ 'ਚ ਅਸੀਂ ਸ਼ੁਰੂ ਤੋਂ ਜਾਂ ਪਾਕਿਸਤਾਨ 'ਚੋਂ ਛੋੜਿਆ ਟਾਈਮ ਹੋਇਆ ਸਾਡੇ ਜਿਹੜੇ ਬਜ਼ੁਰਗ ਸੀ ਉਹ ਲੈਲਪੁਰ ਤੋਂ ਸੀਗੇ ਲੈਲਪੁਰ ਤੋਂ ਕਿਹੜੀ ਜਗ੍ਹਾ ਤੋਂ ਲੈਲਪੁਰ ਤੋਂ ਸਾਨੂੰ ਇਹਨਾਂ ਚਿੱਤਾ ਨਹੀਂ ਗਾ ਪਿੰਡ ਦਾ ਨਹੀਂ ਪਤਾ ਪਿੰਡ ਦਾ ਨਹੀਂ ਪਤਾ ਲੈਲਪੁਰ ਤੋਂ ਸੀਗੇ ਅੱਛਾ ਅੱਛਾ ਅਸੀਂ ਵੀ ਲੈਲਪੁਰ ਤੋਂ ਹੀ ਹਾਂ ਅੱਛਾ ਅੱਛਾ ਹਾਂਜੀ ਠੀਕ ਹੈ ਠੀਕ ਹੈ ਫਿਰ ਲੈਲਪੁਰ ਤੋਂ ਤੁਸੀਂ ਬਜ਼ੁਰਗ 47 ਵੇਲੇ ਉੱਧਰ ਚਲੇ ਗਏ ਕਿਹੜਾ ਜ਼ਿਲ੍ਹਾ ਦੱਸਿਆ ਜ਼ਿਲ੍ਹਾ ਫਿਰੋਜ਼ਪੁਰ ਜ਼ਿਲ੍ਹਾ ਫਿਰੋਜ਼ਪੁਰ ਤੁਸੀਂ ਜੀਰੇ ਦੇ ਕੋਲੇ ਪਿੰਡ ਮਹੀਆਂਲਾ ਕਲਾਂ ਜੀਰੇ ਕੋਲ ਪਿੰਡ ਆ ਤੇ 47 ਟਾਈਮ ਦੀਆਂ ਗੱਲਾਂ ਬਾਤਾਂ ਕੋਈ ਯਾਦਾਂ ਕੁਝ ਮੋਹ ਹੈਗਾ ਕਿ ਆਪਾਂ ਲੈਲਪੁਰ ਦੀ ਧਰਤੀ ਜਾ ਕੇ ਦੇਖੀਏ ਜੀ ਕਰਦਾ ਸਾਡਾ ਬਹੁਤ ਜ਼ਿਆਦਾ ਜਾਣ ਨੂੰ ਉੱਥੇ ਅਸੀਂ 2 ਸਾਲ ਪਹਿਲਾਂ ਵੀ ਆਏ ਸੀਗੇ ਸਹੀ ਸਹੀ ਹਾਂਜੀ ਉਦੋਂ ਵੀ ਸਾਡਾ ਬਹੁਤ ਜੀ ਕਰਦਾ ਸੀ ਪਰ ਸਾਡਾ ਟਾਈਮ ਨਹੀਂ ਲੱਗਿਆ ਹੈਗਾ ਕੋਈ ਬਜ਼ੁਰਗਾਂ ਤੋਂ ਪੁੱਛਣਾ ਸੀ ਪਿੰਡ ਕਿਹੜਾ ਸੀਗਾ ਬੰਦਾ ਲੱਭ ਲੈਂਦਾ ਉਹ ਹਾਂਜੀ ਬੰਦਾ ਅਸੀਂ ਲੱਭ ਲਾਂਗੇ ਕੋਈ ਨਹੀਂ ਹਾਂਜੀ ਮੈਂ ਤੁਸੀਂ ਦੱਸੋ ਆ ਹੁਣੇ ਆਪਾਂ ਨੂੰ ਇੱਥੇ ਕਿਸੇ ਨੇ ਦੱਸ ਦੇਣਾ ਵਾ ਹਾਂਜੀ ਹੁਣ ਪਤਾ ਹੀ ਨਹੀਂ ਹੈਗਾ ਪਤਾ ਨਹੀਂ ਹੈਗਾ ਹਾਂਜੀ ਚਲੋ ਚੈਨਲ ਰਾਹੀਂ ਤੁਸੀਂ ਸਾਡੇ ਨਾਲ ਕੰਟੈਕਟ 'ਚ ਹੋਏ ਹੋ ਅਸੀਂ ਜ਼ਰੂਰ ਲੱਭ ਕੇ ਦੇਵਾਂਗੇ ਤੁਹਾਡੀ ਸਾਡੀ ਇਹੀ ਸੇਵਾ ਲੱਗੀ ਹੋਈ ਆ ਕਿ ਅਸੀਂ ਵਿਛੋੜਿਆਂ ਨੂੰ ਮਿਲਾਉਣ ਦਾ ਸਾਡਾ ਕੰਮ ਜਿਹੜਾ ਅਸੀਂ ਆਪਣੇ ਪੂਰੇ ਧਿਆਨ ਨਾਲ ਕਰ ਰਹੇ ਹਾਂ ਤੁਸੀਂ ਇਹ ਦੱਸੋ ਕੈਨੇਡਾ ਤੋਂ ਹੁਣ ਡਾਇਰੈਕਟ ਆ ਰਹੇ ਹਾਂ ਪਾਕਿਸਤਾਨ ਹਾਂਜੀ ਲਾਹੌਰ ਉਤਰੇ ਸੀਗੇ ਅਸੀਂ ਗੁਰਪੁਰਬ ਤੇ ਆਏ ਗੁਰਪੁਰਬ ਤੇ ਸਪੈਸ਼ਲ ਹਾਂਜੀ ਸ਼ਰਧਾ ਲੈ ਕੇ ਆਏ ਹੋ ਦਿਲ ਦੀ ਕਾਮਨਾਵਾਂ ਹੁੰਦੀਆਂ ਵਾ ਪਹਿਲੀ ਦਫਾ ਪਾਕਿਸਤਾਨ ਪਹਿਲਾਂ ਵੀ ਆਏ ਆ ਨਹੀਂ ਪਹਿਲਾਂ ਆਏ ਇੱਕ ਵਾਰੀ ਪਰ ਉਦੋਂ ਨਗਰ ਕੀਰਤਨ ਤੇ ਆਏ ਸੀਗੇ ਨਗਰ ਕੀਰਤਨ ਉਦੋਂ ਜਨਵਰੀ ਦੇ ਅਖੀਰ ਚ ਆਏ ਸੀਗੇ ਸਹੀ ਸਹੀ ਫੈਮਿਲੀ ਦੇ ਨਾਲ ਆਏ ਸੀ ਬੱਚਿਆਂ ਦੇ ਨਾਲ ਵਾਹ ਜੀ ਵਾਹ ਹਾਂਜੀ ਤੇ ਹੁਣ ਫੈਮਿਲੀ ਨਾਲ ਆਏ ਕਿ ਨਹੀਂ ਹੁਣ ਅਸੀਂ ਤਿੰਨ ਫਰੈਂਡ ਆ ਫਰੈਂਡ ਹੀ ਆ ਹਾਂਜੀ ਮੈਂ ਆਇਆ ਸੀਗੇ ਇਹ ਅੱਗੇ ਆਏ ਨਹੀਂ ਸੀਗੇ ਅੱਛਾ ਪਹਿਲੀ ਵਾਰ ਆਏ ਤੁਸੀਂ ਪਹਿਲੀ ਵਾਰੀ ਆਏ ਮੈਨੂੰ ਲੈ ਕੇ ਆਏ ਕਹਿੰਦੇ ਅਸੀਂ ਜਾਣਾ ਜ਼ਰੂਰ ਇਹਨਾਂ ਨੇ ਪਹਿਲੋਂ ਪਾਕਿਸਤਾਨ ਦੇਖ ਲਿਆ ਸੀਗਾ ਹਾਂਜੀ ਹਾਂਜੀ ਤੁਸੀਂ ਪਹਿਲੀ ਵਾਰੀ ਦੇਖਿਆ ਕਿਹੋ ਜਿਹਾ ਲੱਗਿਆ ਬਹੁਤ ਵਧੀਆ ਬਾਬਾ ਬਿਲਕੁਲ ਬਹੁਤ ਵਧੀਆ ਹਾਂਜੀ ਹਾਂਜੀ ਅੱਛਾ ਇੰਟਰਨੈਸ਼ਨਲ ਮੀਡੀਆ ਤੇ ਜਾਂ ਹੋਰ ਕਿਸੇ ਮੀਡੀਆ ਤੇ ਪਾਕਿਸਤਾਨ ਨੂੰ ਬੜਾ ਮਾੜਾ ਦਿਖਾਇਆ ਜਾਂਦਾ ਪਾਕਿਸਤਾਨ ਤਾਂ ਕੁਝ ਵੀ ਨਹੀਂ ਹੈਗਾ ਪਾਕਿਸਤਾਨ 'ਚ ਭੁੱਖ ਨੱਚਦੀ ਆ ਪਾਕਿਸਤਾਨ 'ਚ ਅਮਨ ਨਹੀਂ ਹੈਗਾ ਪਾਕਿਸਤਾਨ ਨੂੰ ਫਲਾਣੇ ਧਮਕਾਣੇ ਤਰੀਕੇ ਨਾਲ ਟ੍ਰੋਲ ਕੀਤਾ ਜਾਂਦਾ ਇਹ ਉਹ ਚੀਜ਼ਾਂ ਤੁਸੀਂ ਇੱਥੇ ਆ ਕੇ ਦੇਖੀਆਂ ਸੱਚ ਬਹੁਤ ਪਿਆਰ ਮਿਲਿਆ ਸਾਨੂੰ ਹਰੇਕ ਬੰਦਾ ਗੱਲ ਲਾ ਕੇ ਮਿਲਦਾ ਹਾਂਜੀ ਹਾਂਜੀ ਇਹਦੇ ਵਿੱਚ 1% ਵੀ ਸੱਚ ਨਹੀਂਗਾ ਜਿੰਨਾ ਸਾਨੂੰ ਪਿਆਰ ਇੱਥੇ ਮਿਲਦਾ ਇੱਥੇ ਸਿਰਫ ਔਰ ਸਿਰਫ ਪਿਆਰ ਦਾ ਹੀ ਸੱਚ ਹੈ ਪਿਆਰ ਦਾ ਸੱਚ ਹੈ ਇੱਥੇ ਸਿਰਫ ਪਿਆਰ ਹੀ ਮੁਹੱਬਤ ਹੀ ਸਭ ਕੋਈ ਸੱਚ ਹੈ ਹਾਂਜੀ ਉਹ ਸਭ ਪ੍ਰੋਪਗੈਂਡਾ ਜਿਹੜਾ ਹੋ ਰਿਹਾ ਵੀ ਉਹ ਸੇਫ ਨਹੀਂ ਗਏ ਪਰ ਜਿੱਥੇ ਜਦੋਂ ਇੱਥੇ ਆਉਂਦੇ ਆ ਫਿਰ ਪਤਾ ਲੱਗਦਾ ਵੀ ਇੱਥੇ ਬਹੁਤ ਸੇਫ ਹੈ ਕੈਨੇਡਾ ਤੋਂ ਵੀਜ਼ਾ ਲੈਣ ਦਾ ਕੀ ਪ੍ਰੋਸੈਸ ਸੀ ਤੁਹਾਡਾ ਅੰਬੈਸੀ ਪਾਕਿਸਤਾਨ ਜਾਂਦੇ ਆ ਕੀ ਤੁਹਾਨੂੰ ਕਾਗਜ਼ ਦਰਕਾਰ ਅਸੀਂ ਜਦੋਂ ਵੀਜ਼ਾ ਲੈਣਾ ਸੀ ਜਦੋਂ ਅਸੀਂ ਆਏ ਆ ਹਾਂਜੀ ਉਦੋਂ 4 ਦਿਨ ਪਹਿਲਾਂ ਵੀਜ਼ਾ ਲਿਆ ਅਸੀਂ ਸ਼ਾਮ ਨੂੰ ਵੀਜ਼ਾ ਅਪਲਾਈ ਕੀਤਾ ਆਨਲਾਈਨ ਸਵੇਰ ਨੂੰ ਵੀਜ਼ਾ ਆ ਗਿਆ ਆਰਾਮ ਨਾਲ ਮਿਲ
ਸਪਾਂਸਰ ਕੋਈ ਵੀ ਕਰ ਦੇਵੇ ਕੋਈ ਸਪਾਂਸਰ ਚਾਹੇ ਬਸ ਦੱਸੇ ਤੋਂ ਹੀ ਚਾਹੀਦਾ ਹੋਰ ਕੋਈ ਨਹੀਂ ਬਾਕੀ ਆਪਣਾ ਪਾਸਪੋਰਟ ਵਗੈਰਾ ਜੋ ਵੀ ਪਾਸਪੋਰਟ ਦੀ ਫੋਟੋ ਕਾਪੀ ਲਾ ਦੇਣੀ ਨਾਲ ਉਹ ਵੀ ਲਿਆਉਣੀ ਪੈਣੀ ਸਹੀ ਸਹੀ ਤੇ ਵੀਜ਼ਾ ਮਿਲ ਜਾਣਾ ਹਾਂਜੀ ਉਦੋਂ ਬਾਅਦ ਟਾਈਟ ਲੈਣ ਦੀ ਹੁੰਦਾ ਬਸ ਵਾਜੀ ਸਾਡੇ ਨਾਲੋਂ 20-25 ਆਏ ਬੰਦੇ ਹੋਰ ਜਿਹੜੇ ਤਿਆਰ ਸੀ ਉਹਨੂੰ ਪਰ ਲੇਟ ਸੀਗਾ ਪ੍ਰੋਗਰਾਮ ਦਾ ਆ ਨਹੀਂ ਸਕਿਆ ਅਗਲੇ ਸਾਲ ਅਸੀਂ ਵੱਧ ਤੋਂ ਵੱਧ ਦਫਾ ਲੈ ਕੇ ਆਵਾਂਗੇ ਤੇ ਹੋਰ ਦੱਸੋ ਪਾਕਿਸਤਾਨ ਦੇ ਸਿਕਿਉਰਿਟੀ ਅਦਾਰਿਆਂ ਵੱਲੋਂ ਪਾਕਿਸਤਾਨ ਦੀ ਪ੍ਰਬੰਧਕ ਕਮੇਟੀ ਜਿਹੜੀ ਗੁਰਦੁਆਰੇ ਦੇ ਉਹਦੇ ਵੱਲੋਂ ਕੋਈ ਸ਼ਿਕਾਇਤ ਤਾਂ ਨਹੀਂ ਹੈਗੀ ਸ਼ਿਕਾਇਤ ਬਹੁਤ ਵਧੀਆ ਇੰਤਜ਼ਾਮ ਸਭ ਵਧੀਆ ਸਾਰਾ ਇੰਤਜ਼ਾਮ ਵਧੀਆ ਕੋਈ ਖਾਣ ਪੀਣ ਚ ਹੈ ਚ ਕੋਈ ਮਸਲਾ ਕੋਈ ਮਸਲਾ ਨਹੀਂਗਾ ਜੀ ਸਾਰਾ ਪੂਰਾ ਵਧੀਆ ਪ੍ਰਬੰਧ ਆ ਜੀ ਪੂਰਾ ਵਧੀਆ ਪ੍ਰਬੰਧ ਹਾਂਜੀ ਸਿਕਿਉਰਿਟੀ ਪੂਰੀ ਹਾਂਜੀ ਹਾਂਜੀ ਕੋਈ ਦਿੱਕਤ ਨਹੀਂ ਸਹੀ ਸਹੀ ਤੇ ਉਧਰ ਜਾ ਕੇ ਇੰਡੀਆ ਜਾਣਾ ਹੁਣ ਤੁਸੀਂ ਐ ਪਰ ਕੀ ਸੁਨੇਹਾ ਦੇਵੋਗੇ ਕਿ ਪਾਕਿਸਤਾਨ ਚ ਕਿਹੋ ਜਿਹਾ ਮਿਲਿਆ ਜਾਂ ਕੀ ਉਹਨਾਂ ਨੂੰ ਪੈਗਾਮ ਦੇਵੋਗੇ ਕਿ ਜਿਹੜੀ ਯੰਗ ਜਨਰੇਸ਼ਨ ਆ ਉਹ ਨਹੀਂ ਆ ਰਹੀ ਹੈਗੀ ਜ਼ਿਆਦਾਤਰ ਅਸੀਂ ਸੁਨੇਹਾ ਇਹੀ ਦੇਵਾਂਗੇ ਵੀ ਉਹ ਤੁਸੀਂ ਭੁੱਲ ਜਾਓ ਵੀ ਜੇ ਤੁਸੀਂ ਪਾਕਿਸਤਾਨ ਦਾ ਵੀਜ਼ਾ ਲੈਣੇ ਤੁਹਾਨੂੰ ਹੋਰ ਕੰਟਰੀ ਦਾ ਵੀਜ਼ਾ ਨਹੀਂ ਮਿਲਣਾ ਹਾਂਜੀ ਇਹ ਬੜਾ ਇੱਕ ਟ੍ਰੈਂਡ ਉੱਥੇ ਚਲਾਇਆ ਹੋਇਆ ਇਹ ਵੀ ਕੋਈ ਗੱਲ ਨਹੀਂ ਹਾਂਜੀ ਵੱਧ ਤੋਂ ਵੱਧ ਯੰਗ ਜਨਰੇਸ਼ਨ ਆਵੇ ਬਿਲਕੁਲ ਨਾਲ ਕਿ ਭਾਰਤੀ ਦੇ ਮਸਤਕ ਹੋਵੇ ਆਪਾਂ ਇਹੀ ਮੰਗਦੇ ਹਾਂ ਜਿਹੜੀਆਂ ਮੀਡੀਆ ਦੇ ਥਰੂ ਉਹਨਾਂ ਯੰਗ ਜਨਰੇਸ਼ਨ ਨੂੰ ਗਲਤ ਗਾਈਡ ਕੀਤਾ ਗਿਆ ਵਾ ਉਹ ਜਦੋਂ ਆਪ ਆ ਕੇ ਦੇਖੇਗੀ ਫੇਰ ਹੀ ਪਤਾ ਲੱਗੇਗਾ ਇਹਨਾਂ ਨੂੰ ਆਪਣੇ ਦਿਲ ਤੋਂ ਦਾ ਫੇਰ ਹੀ ਉਹਨਾਂ ਦੇ ਭਾਰ ਦਿੱਤੇਗਾ ਹਾਂਜੀ ਬਸ ਉਹਨਾਂ ਨੂੰ ਇਹੀ ਆ ਵੀ ਉੱਥੇ ਜਾਵੜਾਂਗੇ ਫਿਰ ਸਾਡਾ ਵੀਜ਼ਾ ਨਹੀਂ ਲੱਗਣਾਗਾ ਪਰ ਇਹ ਸਭ ਪ੍ਰੋਫਿਟ ਕਰ ਕੰਪਨੀ ਜੇ ਤੁਸੀਂ ਕੈਨੇਡਾ ਰਹਿੰਦੇ ਆ ਮਾਸ਼ਾਅੱਲਾ ਕੈਨੇਡਾ ਦੇ ਵਿੱਚ ਪਾਕਿਸਤਾਨੀ ਹੈਗੇ ਹਾਂਜੀ ਕਿੰਨੀ ਕੁ ਤਦਾਦ ਤੇ ਉਹਨਾਂ ਨੂੰ ਕੈਨੇਡਾ ਨੇ ਵੀਜ਼ਾ ਕਿੱਦਾਂ ਦੇਤਾ ਜੇ ਉਹਨਾਂ ਦੀ ਇੱਕ ਸਟੈਂਪ ਤੇ ਤੁਹਾਨੂੰ ਵੀਜ਼ਾ ਨਹੀਂ ਲੱਭਣਾ ਨਹੀਂ ਇਹ ਗਲਤ ਗੱਲ ਆ ਪਾਕਿਸਤਾਨੀ ਖੁਦ ਜਾ ਰਹੇ ਕੈਨੇਡਾ ਉੱਥੇ ਐਡੀ ਵੱਡੀ ਤਦਾਦ ਕੈਨੇਡਾ ਦੇ ਪਾਕਿਸਤਾਨੀਆਂ ਦੀ ਆ ਤੇ ਉਹਨਾਂ ਨੂੰ ਵੀਜ਼ਾ ਲੱਭ ਰਿਹਾ ਵਾ ਕਿ ਪਾਕਿਸਤਾਨ ਦੀ ਇੱਕ ਸਟੈਂਪ ਤੇ ਤੁਹਾਡਾ ਵੀਜ਼ਾ ਰੁਕ ਜਾਣਾ ਹੈ ਨਹੀਂ ਨਹੀਂ ਇਹ ਗਲਤ ਗੱਲ ਆ ਕਿਹਸਾ ਗਲਤ ਗਾਈਡ ਕੀਤਾ ਗਿਆ ਬਿਲਕੁਲ ਬਾਕੀ ਉਹ ਏਜੰਟਾਂ ਦੀ ਥੋੜੀ ਕਮਜ਼ੋਰੀ ਹੁੰਦੀ ਆ ਪ੍ਰੋਪਰ ਉਹ ਪੇਪਰ ਨਹੀਂ ਲਾਉਂਦੇ ਜਾਂ ਉਹਨਾਂ ਦੀ ਆਪਣੀ ਕਮਜ਼ੋਰੀ ਆ ਉਹ ਜਿਹੜੀ ਛਪਾਉਣ ਵਾਸਤੇ ਆ ਸਟੈਂਪ ਦਿਖਾ ਦੇ ਥੋੜੀ ਪਾਕਿਸਤਾਨ ਦੀ ਸਟੈਂਪ ਲੱਗੀ ਮੈਂ ਉਹਨਾਂ ਅੱਗੇ ਵੀ ਹੱਥ ਜੋੜ ਕੇ ਬੇਨਤੀ ਕਰਦਾ ਕਿ ਮਿਸ ਗਾਈਡ ਜਿਹੜਾ ਪਾਕਿਸਤਾਨ ਬਾਰੇ ਘੱਟੋ ਘੱਟ ਨਾ ਕਰੋ ਕਿਉਂਕਿ ਇੱਥੇ ਜਿਹੜਾ ਸਿੱਖ ਨੇ ਆਉਣਾ ਵਾ ਉਹ ਆਪਣੀ ਸ਼ਰਧਾ ਲੈ ਕੇ ਆਪਣੀ ਦਿਲ ਦੀ ਤਮੰਨਾ ਲੈ ਕੇ ਆਉਣਾ ਵਾ ਉਹਨੂੰ ਨਾ ਰੋਕੋ ਉਹਨੂੰ ਇਹੋ ਜਿਹੀਆਂ ਗਲਤ ਗਾਈਡ ਕਰਕੇ ਨਾ ਰੋਕੋ ਉਹਨਾਂ ਨੂੰ ਆਉਣ ਦਿਓ ਯੰਗ ਜਨਰੇਸ਼ਨ ਨੂੰ ਤੇ ਅਸੀਂ ਆਏ ਆ ਇੱਥੇ ਅਸੀਂ ਦੇਖਿਆ ਸਤਿਕਾਰ ਕਰਨਾ ਸਾਡੇ ਤੇ ਫਰਜ਼ ਵੀ ਆ ਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਉਹ ਚ ਨਿਰਾਸ਼ ਨਹੀਂ ਹੋਏ ਹੋਗੇ ਸਾਡਾ ਜਿਹੜਾ ਪਿਆਰ ਮੁਹੱਬਤ ਦੇ ਕੇ ਖੁਸ਼ੀ ਹੋਈ ਹੋਏਗੀ ਅਸੀਂ ਆਏ ਦੂਜੀ ਵਾਰ ਆਇਆ ਮੈਂ ਹੁਣ ਮੈਂ ਬੱਚਿਆਂ ਨੂੰ ਲੈ ਕੇ ਜਨਵਰੀ ਦੇ ਐਂਡ ਤੇ ਆਉਣਾ ਬਿਲਕੁਲ ਅਸੀਂ ਫੈਸਲਾ ਬਾਬਤ ਸ਼ੋਪਿੰਗ ਕਰਦੇ ਵਾਹ ਜੀ ਲੈਲਪੁਰ ਮਾਨਚੈਸਟਰ ਆਫ ਏਸ਼ੀਆ ਵੀ ਕਿਹਾ ਜਾਂਦਾ ਕੱਪੜੇ ਦਾ ਗਾੜਾ ਉਹ ਹਾਂਜੀ ਤੇ ਅਸੀਂ ਉੱਥੇ ਆਉਣਾ ਤੇ ਉੱਥੇ ਸ਼ੋਪਿੰਗ ਕਰਕੇ ਜਾਣਾ ਵਾਹ ਜੀ ਵਾਹ ਜ਼ਰੂਰ ਆਓ ਜੀ ਤੇ ਬਿਲਕੁਲ ਜੀ ਆਪਣੇ ਨਾਲ ਕੈਨੇਡਾ ਤੋਂ ਆਏ ਹੋਏ ਪ੍ਰਾਹੁਣਿਆਂ ਦਾ ਆਪਾਂ ਤੁਹਾਡੇ ਨਾਲ ਤਾਰਫ ਕਰਾਇਆ ਉਹਨਾਂ ਨੇ ਬਹੁਤ ਵਧੀਆ ਗੱਲਾਂ ਬਹੁਤ ਵਧੀਆ ਵਿਚਾਰ ਆਪਣੇ ਤੁਹਾਡੇ ਨਾਲ ਸਾਂਝੇ ਜੋ ਕੀਤੇ ਨੇ ਬਹੁਤ ਸਾਰੇ ਜਿਹੜੇ ਮਿਸਗਾਈਡ ਆਵਾਮ ਨੂੰ ਕੀਤਾ ਗਿਆ ਉਹਦੇ ਤੋਂ ਵੀ ਉਹ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਤੇ ਉਮੀਦ ਹੈ ਕਿ ਤੁਹਾਨੂੰ ਇਹ ਸਾਡੇ ਵਿਚਾਰ ਜਿਹੜੇ ਆ ਉਹ ਵਧੀਆ ਲੱਗੇ ਹੋਣਗੇ ਇਹਦੇ ਨਾਲ ਹੀ ਆਪਣੇ ਹੋਸਟ ਪੀ ਆਰ ਕੋਹਲੀ ਤੇ ਇੱਕ ਮਿੰਟ ਪੰਜਾਬ ਦਾ ਦਿਖਾਈ ਟੀਮ ਨੂੰ ਦਿਓ ਜਾਸ ਰੱਬ ਰਾਖਾ ਮਿਲ ਜਾਏ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ